ਟਰੈਕਟਰ ਦੇ ਉੱਤੇ ਸੰਤਾਂ ਦੀ ਤਸਵੀਰ ਲਗਾ ਕੇ ਤੇ ਉਹ ਉਹ ਨਗਰਿਕੀਤਨ ਸ਼ਾਮਲ ਹੋਏ ਉਹਦੇ ਤੋਂ ਬਾਅਦ ਉਹਨਾਂ ਪਰਚਾ ਦਰਜ ਕਰਨ ਮੈਂ ਸੁਣੀ ਨਾ ਕਿ ਕੋਈ ਬੜੀ ਇਹ ਤੋਂ ਘਟੀਆ ਗੱਲ ਹੋਰ ਨਹੀਂ ਹੋ ਸਕਦੀ ਸੰਤ ਬਾਉ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਦੋਸਤ ਜਦੋਂ ਹੌਜ ਚੜ ਕੇ ਆਈ ਹੈ ਤਾਂ ਫਿਰ ਉਹਨਾਂ ਨੇ ਮੁਕਾਬਲਾ ਕੀਤਾ ਜਿਹੜੀ ਗੁਰਮਤਿ ਦੀ ਰਵਾਇਤ ਹੈ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਉਹਦੀ ਪਾਲਣਾ ਕੀਤੀ ਸੰਤ ਬਾਉ ਜਰਨੈਲ ਸਿੰਘ ਖਾਲਸਾ ਢਿੰਡਰ ਵਾਲਿਆਂ ਦੀਆਂ ਤਸਵੀਰਾਂ ਸਤਕਾਰ ਵਜੋਂ ਬਹੁਤ ਸਾਰੇ ਗੁਰਸੇਖ ਆਪਣੀਆਂ ਗੱਡੀਆਂ ਤੇ ਆਪਣੇ ਟਰੱਕਾਂ ਦੇ ਉੱਤੇ ਆਪਣੇ ਘਰਾਂ ਚ ਚਲਾਉਂਦੇ ਨੇ ਇਹ ਕੌਮੀ ਸ਼ਹੀਦ ਨੇ ਸਾਡੇ ਸੰਤ ਬਾਵਾ ਜਰਨੈਲ ਸਿੰਘ ਜਖਾਲਸਰ ਉਹਨਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਕੋਈ ਜਦੋਂ ਫੌਜ ਚੜ ਕੇ ਆਈ ਆ ਤਾਂ ਫਿਰ ਉਹਨਾਂ ਨੇ ਮੁਕਾਬਲਾ ਕੀਤਾ ਜਿਹੜੀ ਗੁਰਮਤਿ ਰਵਾਇਤ ਹੈ ਜਿਹੜਾ ਗੁਰਮਤਿ ਦਾ ਸਦਾਂਤ ਹੈ ਉਹਦੀ ਪਾਲਣਾ ਕੀਤੀ ਤੇ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਪੰਥ ਪ੍ਰਵਾਂਤ ਹੀ ਨਹੀਂ ਬਲਕਿ ਹਿੰਦੁਸਤਾਨ ਦੇ ਇਨਸਾਨ ਇਨਸਾਫ ਪਸੰਦ ਲੋਕ ਸਾਰੇ ਉਹਨਾਂ ਨੂੰ ਜਿਹੜਾ ਉਹ ਸ਼ਹੀਦ ਮੰਨ ਕੇ ਉਹਨਾਂ ਦਾ ਸਤਕਾਰ ਕਰਦੇ ਨੇ ਸੰਤ ਬਾਵਾ ਜਰਨੈਲਸਨ ਖਾਲਰ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਸਤਕਾਰ ਵਜੋਂ ਬਹੁਤ ਸਾਰੇ ਗੁਰਸਿੱਖ ਆਪਣੀਆਂ ਗੱਡੀਆਂ ਤੇ ਆਪਣੇ ਟਰੱਕਾਂ ਦੇ ਉੱਤੇ ਆਪਣੇ ਘਰਾਂ ਚ ਲਾਉਂਦੇ ਨੇ ਤੇ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਉਹਨਾਂ ਦੀ ਇੱਕ ਤਸਵੀਰ ਜਿਹੜੀ ਆ ਉਹ ਨਗਰ ਕੀਰਤਨ ਦੇ ਵਿੱਚ ਕਿਉਂਕਿ ਨਗਰ ਕੀਰਤਨ ਸਾਡਾ ਸਿੱਖਾਂ ਦਾ ਇੱਕ ਆਪਣਾ ਨਗਰ ਕੀਰਤਨ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਦੇ ਵਿੱਚ 18 ਦਸੰਬਰ ਨੂੰ ਰਾਂਜੀ ਸਿੰਘ ਸਭਾ ਗੁਰਦਾਰਾ ਸਿੰਘ ਸਭਾ ਰਾਂਜੀ ਜੱਬਲਪੁਰ ਉੱਥੋਂ ਦੀ ਸੰਗਤ ਨੇ ਉਹ ਨਗਰ ਕੀਰਤਨ ਜਿਹੜਾ ਜੀ ਉਹ ਕੱਢਿਆ ਤੇ 5 ਕਿਲੋਮੀਟਰ ਦਾ ਉਸ ਨਗਰ ਕੀਰਤਨ ਦਾ ਜਿਹੜਾ ਉਹ ਵਾਇਆ ਰੂਟ ਸੀ ਉਹਦੇ ਵਿੱਚ ਗੁਰਸਿੱਖ ਨੇ ਪਰਮਜੋਤ ਸਿੰਘ ਸੰਗਾ ਵੇਖੋ ਇਹਨਾਂ ਦਾ ਪਿਛਲਾ ਜਿਹੜਾ ਪਿਸ਼ੋਕੜਿਆ ਉਹ ਕਬੂਰਥਲੇ ਦਾ ਉਹਨਾਂ ਨੇ ਜਦੋਂ ਇਹ ਆਪਣੇ ਟਰੈਕਟਰ ਦੇ ਉੱਤੇ ਸੰਤਾਂ ਦੀ ਤਸਵੀਰ ਲਗਾ ਕੇ ਤੇ ਉਹ ਉਹ ਨਗਰਿਕ ਰਤਨ ਸ਼ਾਮਲ ਹੋਏ ਉਹਦੇ ਤੋਂ ਬਾਅਦ ਉਹਨਾਂ ਪਰਚਾ ਦਰਜ ਕਰਨ ਮੈਂ ਸਮਝ ਨਾ ਕਿ ਕੋਈ ਬੜੀ ਇਹ ਤੋਂ ਘਟੀਆ ਗੱਲ ਹੋਰ ਨਹੀਂ ਹੋ ਸਕਦੀ ਵੇਖੋ ਐਫ ਆਈ ਆਰ ਨੰਬਰ 1090 1812 2022 ਨੂੰ ਜਿਹੜੀ ਆ ਉਹ ਰਾਂਝੀ ਪੁਲਿਸ ਸਟੇਸ਼ਨ ਦੀ ਜਿਹੜੀ ਆ ਉਹ ਉੱਥੇ ਦਰਜ ਕੀਤੀ ਗਈ ਤੇ ਧਾਰਾ ਕਿਹੜੀਆਂ ਲਾਈਆਂ ਧਾਰਾ ਉਹ ਲਾਈਆਂ ਜਿਹੜੀਆਂ ਅਵੇਲੇਬਲ ਨਹੀਂ ਜਿਵੇਂ 153 ਬੀ 505 1 ਤੇ ਅੰਡਰ ਸੈਕਸ਼ਨ 13 ਅਨਲੋਫਲ ਐਕਟੀਵिटीज ਪ੍ਰੋਫੈਸ਼ਨਲ ਐਕਟ ਯੂਆਪਾ ਇਹਦੇ ਅਧੀਨ ਜਿਹੜੀ ਆ ਇਹਦੇ ਵਿੱਚ ਬੇਲ ਹੋਣ ਦੇ ਚਾਂਸਸ ਬਹੁਤ ਰਿਮੋਟ ਹੁੰਦੇ ਨੇ ਹੁੰਦੇ ਹੀ ਨਹੀਂ ਪਰ ਜਦੋਂ ਇਹ ਘਟਨਾ ਵਾਪਰੀ ਇਹ ਪਰਚਾ ਦਰਜ ਹੋਇਆ ਤੇ ਉਸੇ ਵੇਲੇ ਹੀ ਉਹਨਾਂ ਨੇ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਪਰਕ ਕੀਤਾ ਅਕਾਲ ਤਖਤ ਸਾਹਿਬ ਤੋਂ ਮੈਨੂੰ ਜਿਹੜਾ ਜੀ ਉਹ ਸਨੇਹਾ ਲੱਗਿਆ ਕਿ ਇਸ ਤਰ੍ਹਾਂ ਇਹ ਪਰਚਾ ਉੱਥੇ ਦਰਜ ਹੋਇਆ ਤੇ ਇਹਦੇ ਵਾਸਤੇ ਉਹਨਾਂ ਨੇ ਜਿਹੜੀ ਆ ਪਹੁੰਚ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਦੀ ਨਾਲ ਜਿਹੜੇ ਉੱਥੇ ਵਕੀਲ ਸਾਹਿਬ ਜਿਹੜੇ ਇਸ ਕੇਸ ਨੂੰ ਵੇਖ ਰਹੇ ਨੇ ਉਹਨਾਂ ਦੇ ਨੰਬਰ ਦਿੱਤੇਗੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਆਂਦੇ ਜੀ ਸਾਡਾ ਇੱਥੇ ਐਕਸਪੀਰੀਅੰਸ ਨਹੀਂ ਹੈਗਾ ਇਹਨਾਂ ਕੇਸਾਂ ਦੇ ਸੰਬੰਧ ਵਿੱਚ ਤੇ ਸਾਨੂੰ ਜਿਹੜਾ ਵਾ ਇਹਦੇ ਸੰਬੰਧ ਤੋਂ ਹੀ ਜੋ ਕੋਈ ਵੀ ਸਾਨੂੰ ਲੀਗਲ ਏਡ ਜੋ ਸਾਨੂੰ ਤੁਸੀਂ ਮਹੱਈਆ ਕਰਵਾ ਸਕਦੇ ਜੀ ਉਹਦੇ ਸੰਬੰਧ ਵਿੱਚ ਤੁਸੀਂ ਜਿਹੜਾ ਉਹ ਆਪ ਆਓ ਆਨਲਾਈਨ ਹੋ ਚੁੱਕਾ ਪਰ ਅਜੇ ਤੱਕ ਉਹ ਜਿਹੜੀ ਐਫ ਆਈ ਆਰ ਜਿਹੜੀ ਆ ਉਹ ਨੈੱਟ ਤੇ ਨਹੀਂ ਪਾਈ ਗਈ ਬਟ ਇੱਕ ਨਾ ਜਿਹੜਾ ਕਹਿ ਲੈਨੇ ਆਪਾਂ ਜਦੋਂ ਰਿਮਾਂਡ ਲੈਣਾ ਹੁੰਦਾ ਤੇ ਰਿਮਾਂਡ ਵਾਸਤੇ ਜਿਹੜੀ ਪੁਲਿਸ ਨੇ ਐਪਲੀਕੇਸ਼ਨ ਦਿੱਤੀ ਉਹ ਐਪਲੀਕੇਸ਼ਨ ਤੋਂ ਜਿਹੜਾ ਸੀ ਉਹ ਫਿਰ ਮੈਂ ਉਹਦੇ ਕੰਟੈਂਟਸ ਪੜ੍ਹੇ ਕਿਉਂ ਕੰਟੈਂਟਸ ਪੜ੍ਹੇ ਤੇ ਫਿਰ ਮੈਂ ਉਹਨਾਂ ਨੂੰ ਵਕੀਲ ਸਾਹਿਬ ਨੂੰ ਸਾਗਰ ਚਰਨ ਸਿੰਘ 베ਦੀ ਉਹਨਾਂ ਦੇ ਬੇਟੇ ਪਰਤਦੀਪ ਸਿੰਘ 베ਦੀ ਫਿਰ ਕਾਫੀ ਲੰਮਾ ਸਮਾਂ ਸਾਢੇ ਲੱਪਾ ਰਾਤ ਘੰਟਾ ਡੇਢ ਘੰਟਾ ਜਿਹੜਾ ਉਹਨਾਂ ਨਾਲ ਮੈਂ ਤਿੰਨੇ ਜਿਹੜਿਆ ਉਹ IPC ਐਕਸਪਲੇਨ ਕੀਤੀ ਉਹਨਾਂ ਨੂੰ ਤੇ ਇਹ ਜਿਹੜਾ ਇਹ ਤਾਰਾ ਇਹ ਬਣਦੇਆਂ ਨੀਂਗੀਆਂ ਨਾ ਮਹਾਪੁਰਖਾਂ ਦੀ ਫੋਟੋ ਲਾਉਣ ਦੇ ਉੱਤੇ ਪਰਚਾ ਦਰਜ ਹੋ ਸਕਦਾ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਵਹੀਕਲਾਂ ਦੇ ਉੱਤੇ ਗੁਰਸਿੱਖਾਂ ਦੇ ਉੱਤੇ ਜਿਹੜੀਆਂ ਮਹਾਪੁਰਖਾਂ ਦੀਆਂ ਤਸਵੀਰਾਂ ਲੱਗੀਆਂ ਨੇ ਇਹਦੇ ਵਿੱਚ ਇੱਕ ਪੱਖ ਸੰਤਾਂ ਦੀ ਤਸਵੀਰ ਨੂੰ ਜਿਹੜਾ ਉਹਦੇ ਲੈ ਕੇ ਉਹ ਐਫਆਈਆਰ ਦੇ ਕੰਟੈਂਟ ਸੇ ਨੇ ਵੀ ਇਹ ਜਿਹੜਾ ਤੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਦੇ ਵਿੱਚ ਜਿਹੜਾ ਉਹ ਪਾੜਾ ਪਾਉਣ ਦੀ ਗੱਲ ਦੂਸਰਾ ਉਹਨਾਂ ਨੇ ਇਹ ਲਿਖਿਆ ਖਾਲਸਤਾਨ ਦੀਵਾਲ ਫਿਰ ਮੈਂ ਇਹ ਵੀ ਐਕਸਪਲੇਨ ਕੀਤਾ ਵੀ ਖਾਲਸਤਾਨ ਜਿਹੜਾ ਇਹ ਕੋਈ ਇਲੀਗਲ ਡਿਮਾਂਡ ਨਹੀਂ ਹੈ ਇਹਦੇ ਉੱਤੇ ਬਹੁਤ ਸਾਰੀਆਂ ਜੱਜਮੈਂਟਸ ਆ ਚੁੱਕੀਆਂ ਨੇ ਅੱਜ ਇਹਨਾਂ ਨੂੰ ਬੇਲ ਮਿਲੀ ਆ ਉੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਰਜੇਸ਼ ਕੁਮਾਰ ਜੀ ਨੇ ਇਹਨਾਂ ਨੂੰ ਬੇਲ ਦਿੱਤੀ 4 ਵਜੇ ਦੇ ਕਰੀਬ ਆਰਡਰ ਹੋਇਆ ਜਿਹਦੇ 5000 ਵਨ ਸ਼ੋਰਟੀ ਦਾ ਆਰਡਰ ਹੋਇਆ ਇਹ ਅੱਜ ਦਾ ਜਿਹੜਾ ਮੈਂ ਸਮਝਦਾ ਵੀ ਇਹ ਉਹਨਾਂ ਦਾ ਇਹ ਬੇਲ ਲੈਣੀ ਇਸ ਕੇਸ ਦੇ ਵਿੱਚ ਕਿਸਮ ਦਾ ਇਸ ਕੇਸ ਨੂੰ ਜਿੱਤਣ ਵਾਲੀ ਗੱਲ ਆ